सची सची दसा दे ईद लाइए सिलाई वाला काम करने आ ते शामी ना एक बजे सुते हैं ते सुबह रोटी दी भुख कोनी है इन्ना पेट दा दिल करदा जी रोटी खान ते फिर सुबह जल्दी जल्दी खादा एक पिज्जा सेवन प्राइज ना करो सेवन प्राइज खादा पिज्जा तो सारी चुप है ठीक ठाक गुजर गया चलो अल्हम्दुलिल्लाह ते जोश वगैरह आया घर अपने कुछ अपनी कोई माशाल्लाह दी पेट भरीता है वैसे तो बच्चे की ईद होगी अजकल क्योंकि बड़िया भी तो हूँ गल तुम इंजॉय किया बच्चे के नहीं इस तरह होंगे ना बच्चे अक्सर आते हैं तंग करते हैं बार बार पैसे मंगने इस तरह भी बंदा हूँ असि मेरे बच्चे बार बार पैसे मंगते हैं असं इंजॉय करने उन्होंने ज्यादा करते लोग मुकम्मल जी तकरीबन दो घंटे अपने सारे चाट तकरीबन अस्सलाम नहीं साढ़े हाथ रखो बस छोड़ो गल मैं कद कद जाना है पीर खुश करो अस्सलाम वालेकुम जी करो के कम काज हो रहे हैं कम काज करते हो कि स्कूल स्कूल पढ़ते हो स्कूल जाते हो भाई जान के स्कूल पढ़ते निके मेरे पर अच्छी बात है कितनी क्लास पढ़ते हैं बस अच्छी बात है तो आज छुट्टियां हुई छुट्टियां अच्छा छुट्टियां हुई तो ईद आपने आज कितना गोश्त इकट्ठा किया है आज मैं एक मन कर रहा हूँ इकट्ठा एक मन पाई इकट्ठा किन्ना
ਫ੍ਰਿਜ ਆਪਣਾ ਕਿ ਠੀਕ ਹੈ ਜੀ ਹੋਰ ਕੋਈ ਸ਼ਾਨੀ ਰੱਖਦੇ ਫ੍ਰਿਜ ਵਿੱਚ ਪੁੱਛੋ ਨਾ ਵਿਕਾਸ ਭਾਈ ਈਦ ਫਿਰ ਕੈਸੀ ਗੁਜ਼ਰੀ ਜੀ ਅੱਜ ਜੀ ਅਲਹਮਦੁਲਿਲਾ ਬਹੁਤ ਅੱਛੀ ਠੀਕ ਗਰਮੀ ਤਾਂ ਨਹੀਂ ਜ਼ਿਆਦਾ ਆਈ ਜਾਂ ਕਿ ਹਿਸਾਬ ਮੌਸਮ ਦਾ ਅੱਜ ਉਂਝ ਵੈਸੇ ਪਹਿਲੇ ਟਾਈਮ ਤੇ ਠੰਡਾ ਹੀ ਆਇਆ ਗਰਮੀ ਤੇ ਮਾਸ਼ਾਅੱਲਾ ਹੈ ਨਾ ਜੀ ਮੌਸਮ ਜੀ ਗਰਮੀ ਦਾ ਸਾਰਾ ਠੀਕ ਇਨਸ਼ਾਅੱਲਾ ਵੀ ਡੰਗ ਲੰਘ ਜਾਣੇ ਨੇ ਬਿਲਕੁਲ ਉਹ ਹੀ ਨਾ ਤੇ ਬਾਕੀ ਜਿਹੜਾ ਸੰਗੀਆਂ ਨਾਲ ਹਾਂ ਜੀ ਸਿਕੰਦਰ ਬਾਈ ਤੁਸੀਂ ਦੱਸੋ ਤੁਹਾਡੀ ਈਦ ਕੈਸੀ ਗੁਜ਼ਰੀ ਹੈ ਅੱਜ ਜੀ ਘਰ ਰਹਿ ਕੇ ਗੁਜ਼ਰੀ ਹੈ ਕਿਸ ਤਰ੍ਹਾਂ ਗੁਜ਼ਰੀ ਘਰ ਰਹਿ ਕੇ ਤੇ ਹੁਣ ਫਿਰ ਇੰਜੋਏ ਕਰਨ ਨਿਕਲੇ ਹੋ ਬਾਹਰ ਮੌਸਮ ਠੰਡਾ ਹੋਇਆ ਤੇ ਠੀਕ ਗੋਸ਼ਤ ਅੱਜ ਕਿਤਨਾ ਖਾਧਾ ਜੀ ਸੱਚੀ ਸੱਚੀ ਦੱਸਣਾ ਕਿਉਂਕਿ ਗੋਸ਼ਤ ਵਾਲੀ ਈਦ ਗੋਸ਼ਤ ਅਸੀਂ ਸੁਣਿਆ ਨੀ ਜ਼ਿਆਦਾ ਖਾਂਦੇ ਨੀ ਆਇਆ ਥੋੜ੍ਹਾ ਨਹੀਂ ਉਂਝ ਬਸ ਕਿਤਨਾ ਕੁ ਖਾਧਾ ਜੀ ਸੱਚੀ ਦੱਸਣਾ ਯਾਦ ਨਹੀਂ ਹੈ ਮੈਂ ਤੇ ਜਿਹੜਾ ਤਕਰੀਬਨ ਪਲੇਟ ਕੱਸ਼ ਕੇ ਖਾਧੀ ਹੈ ਬੋਟੀਆਂ ਦੀ ਉਹ ਜਿਹੜਾ ਖਾ ਸਕਦਾ ਹੈ ਖਾ ਸਕਦਾ ਹੈ ਇਹਦੇ ਨੂੰ ਸ਼ਾਨੀ ਵਾਸਤੇ ਤੇ ਤੁਸੀਂ ਤੁਸੀਂ ਵੀ ਦੱਸੋ ਨਾ ਆਪ ਕੋ ਸ਼ਾਨੀ ਅੱਗੇ ਆਉਣ ਨਾ ਚਿਕੜੀ ਡਿੱਗਦੇ ਅਬਦੁੱਲਾ ਕੋਲ ਪੁੱਛਨੇ ਆ ਨਾ ਨਹੀਂ ਅੱਜ ਗੋਸ਼ਤ ਕਿਤਨਾ ਖਾਧਾ ਜੇ ਸੱਚੀ ਸੱਚੀ ਦੱਸਣਾ ਕਿਉਂਕਿ ਬੱਕਰਾ ਈਦ ਆਈ ਗੋਸ਼ਤ ਵਾਲੀ ਤੁਸੀਂ ਦੱਸੋ ਕਿ ਗੋਸ਼ਤ ਕਿਤਨਾ ਖਾਧਾ ਜੇ ਇੱਕ ਪਲੇਟ ਬਸ ਖਾਧਾ ਅੱਛਾ ਫਿਰ ਮੇਰੇ ਬਰਾਬਰ ਹੀ ਹੋ ਗਏ ਮੈਂ ਇੱਕ ਪਲੇਟ ਖਾਧਾ ਮੈਂ ਇਹ ਕੰਮ ਨਾ ਕਰ ਇਹ ਕੰਮ ਨਾ ਕਿਤਾ ਕਰ ਆਉਂਦੇ ਹੋ ਨਾ ਬਾਹਰ ਤੇ ਤੁਸੀਂ ਗੋਸ਼ਤ ਕਿਤਨਾ ਖਾਧਾ ਸਫਦਰ ਭਾਈ ਇਹ ਕੀ ਬੱਚਾ ਨਹੀਂ ਬਣਾ ਦੱਸੋ ਜੀ ਆਹ ਗੋਸ਼ਤ ਕਿੰਨਾ ਖਾਂਦਾ ਜੀ ਫੜੋ ਗੋਸ਼ਤ ਕਿੰਨਾ ਖਾਂਦਾ ਜੀ ਅਸਲਾਮ ਵਾਲੇਕੁਮ ਸੁਬਹ ਰੋਟੀ ਦੀ ਭੁੱਖ ਕੋਣੀ ਹੈ ਜਿੰਨਾ ਪੇਟ ਦਾ ਦਿਲ ਕਰਦਾ ਜੀ ਰੋਟੀ ਖਾਣ ਤੇ ਫਿਰ ਸੁਬਹ ਜਲਦੀ ਜਲਦੀ ਖਾਧਾ ਇੱਕ ਪੀਜ਼ਾ ਸੈਵਨ ਪ੍ਰਾਈਜ਼ ਵਾਲਾ ਕਰੋ ਸੈਵਨ ਪ੍ਰਾਈਜ਼ ਖਾਧਾ ਪੀਜ਼ਾ ਗੋਸ਼ਤ ਲਿਆਵੇ ਤੇ ਤਕਰੀਬਨ ਕਿਲੋ ਕਿਲੋ ਕਰ ਲੋ ਤੇ ਹੋਰ ਕਿ ਸਾਡੇ ਲੈ ਕੇ ਜਨਾਬ ਮੇਰੀ ਖਟਾਈ ਜਿਹੜੀ ਨਾ ਘੰਟੇ ਚ ਕਰਕੇ ਤਕਰੀਬਨ ਤੇ ਘੰਟੇ ਦੀ ਸਿਲਾਈ ਕਰ ਲਈ ਦਾ ਇੱਕ ਸੂਟ ਤਿੰਨ ਘੰਟੇ ਜੀ ਬਰਿਆਨੀ ਹੈ ਚਾਵਲਾਂ ਚਣਿਆਂ ਵਾਲੀ ਬਰਿਆਨੀ ਦੇ ਵਿੱਚ ਕੋਈ ਸ਼ਾਇਦ ਹੈ ਬੋਟੀ